भगवानपुर च नौजवान की नशे कारण मौत। इतों थोड़ी दूरी पर पैंदे पिंड भगवानपुर के नौजवान व्यक्ति सुंदर सिंह उफ जग्गू की नशे की ओवरडोज लैन करके मौत होने का समाचार प्राप्त होया है। जानकारी अनुसार सुंदर सिंह उफ जग्गू ते उसका साथी कुलविंदर सिंह पुत्र दयाल सिंह जो कि कथित तौर पर पिंड सिद्धवा रोड से एक मोटर से नशे के टीके लगा रहे सन। सुंदर सिंह उफ जग्गू नशे की ओवरडोज लैन करके बेहोश हो गया तो उसका नाल का साथी कुलविंदर सिंह फरार हो गया। जदों रस्ते च जा रहे किसी व्यक्ति ने सुंदर सिंह नू मोटर से बेहोशी की हालत च देखा तो उसके घर वालों नू सूचित किया। जदों उसनू बेहोशी की हालत में सिविल हस्पताल पुलथ विखे लैके आंदा तो उसकी मौत हो चुकी सी। बाद च पुलथ पुलिस वालों सुंदर सिंह का मृतक शरीर पोस्टमार्टम लई कपूरथला विखे भेज दिता गया। जदों इस संबंधी थाना पुलथ दे SHO गौरव धीर नाल संपर्क किया गया तो उन्हें दस्या कि पोस्टमार्टम की रिपोर्ट आउण ते मौत दे कारण का पता लग सकेगा। जिक्रयोग है कि इलाके अंदर वध रही नशे की भरमार चिंता का वड्डा विशा बन चुकिया है क्योंकि कुछ दिन पहला रायपुर पीर बख्शवाला के दो नौजवान नशे की ओवरडोज करके मौत के मूँह में जा चुके हैं। पुलथ तो KTV पंजाब ले कन्नू पुलथ दी विशेष रिपोर्ट। मैं पुलथा तो उंडा उते दारू पींदे पेलो ठेके ओतो बाद जों चुका के पुलथ लेके उते जाके नशा नु चा लेके टिके टाके उना दे लाते। की नाम नाम की ਤੁਹਾਡੇ ਬੇਟੇ ਦਾ? ਉਹਦਾ ਸੁੰਦਰ ਸਿੰਘ ਉਰਪ ਜੱਗੂ। ਅੱਛਾ, ਉਮਰ ਕਿੰਨੀ ਹੀ? ਉਮਰ ਉਹਦੀ ਹੈ 30-35 ਸਾਲ। ਬੱਚੇ ਕਿੰਨੇ? 3। ਅੱਜ ਹੋਇਆ ਕੀ ਘਟਨਾ, ਕੀ ਵਾਪਰੀ? ਘਟਨਾ ਇਦਾਂ ਵਾਪਰੀ, ਪਹਿਲਾਂ ਦਿਹਾੜੀ ਗਏ ਸੀ ਕਿਸੇ ਦੇ, ਥੋੜਾ ਉੱਚੀ ਬੋਲੋ, ਦਿਹਾੜੀ ਦੂੜੀ ਕਰਕੇ ਆਏ ਆ ਜਦੋਂ ਫਿਰ ਆਪਣੇ ਤੇ ਘਰ ਆਇਆ ਰੋਟੀ ਖਾਣ ਲੱਗਾ ਤੇ ਚੌਲ ਇੰਨੇ ਖਾਧੇ ਰੋਟੀ ਥਾਲੀ ਚ ਪਈ ਆ ਤੇ ਇਹ ਆਏ ਆ ਤੇ ਨਾ ਬਿਠਾਲ ਕੇ ਤੇ ਨਾਲ ਲੱਗਾ ਫਿਰ ਜਾ ਕੇ ਉਹਦੇ ਠੇਕੇ ਸ਼ਰਾਬ ਪੀਤੀ। ਸੱਤਾ ਤੇ ਕੁਲਵਿੰਦਰ ਸਿੰਘ ਕਹਿੰਦਾ? ਸੱਤਾ ਤੇ ਕੁਲਵਿੰਦਰ ਸਿੰਘ ਕਹਿੰਦਾ, ਹਾਂਜੀ। ਇਹ ਦੋਨੇ ਜਿਹੜੇ ਉਹਨੂੰ ਬਿਠਾਲ ਕੇ ਨਾਲ ਲੈ ਕੇ ਉੱਥੇ ਜਾ ਕੇ ਪਤਾ ਨਹੀਂ ਨਸ਼ਾ ਨੂਜਾ ਲਾ ਕੇ ਉਹਨਾਂ ਦੇ ਟੀਕੇ ਲਾ ਕੇ ਆਪ ਆ ਗਿਆ ਉਹਨਾਂ ਨੂੰ ਉੱਥੇ ਸੁੱਟ ਆਇਆ ਮੋਟਰ ਤੇ। ਪਿੰਡ ਕਿਹੜਾ ਇਹਨਾਂ ਦਾ? ਸਾਡਾ ਪਿੰਡ ਭਗਵਾਨਪੁਰ। ਸੱਤਾ ਤੇ ਕੁਲਵਿੰਦਰ ਸਿੰਘ ਦਾ? ਇਹਨਾਂ ਦਾ ਭਗਵਾਨਪੁਰੀ ਆ। ਇਹ ਬੰਦੇ ਕੀ ਕਰਦੇ? ਇਹ ਬੰਦੇ ਦਿਹਾੜੀ ਤਾਂ ਪਾ ਚੋਰੀਆਂ ਚਪੜੇ ਕਰਦੇ, ਹੋਰ ਇਹਨਾਂ ਨੇ ਕਰਨਾ? ਅੱਛਾ ਜੀ, ਹਾਂਜੀ। ਤੇ ਜਿੱਦਾਂ ਤੁਹਾਡੇ ਬੇਟੇ ਨੂੰ ਨਸ਼ਾ ਕੋਈ ਤੁਹਾਨੂੰ ਪਤਾ ਕੌਣ ਲਿਆ ਕੇ ਦਿੰਦਾ ਸੀ ਜਾਂ ਕਿੱਥੋਂ ਲੈਣ ਜਾਂਦਾ? ਇਹ ਬੰਦਾ ਦਿੰਦਾ ਸੱਤਾ, ਹੋਰ ਤੇ ਇੱਥੇ ਕੋਈ ਦਿੰਦਾ ਨਸ਼ਾ ਵੇਚਦਾ ਵੀ ਇਹੀ ਆ ਤੇ ਪਿਆਉਂਦਾ ਵੀ ਇਹੀ। ਕਿਸੇ ਬੰਦੇ ਨੂੰ ਪਹਿਲੋ ਜਦੋਂ ਲਾਉਂਦਾ 500 ਦਾ ਉਹਨੂੰ ਪਿਆ ਲੈਂਦਾ, ਮੁੜ ਕੇ 500 ਚਾਲੂ ਹੋ ਜਾਂਦਾ ਤੇ ਮੁੜ ਕੇ ਫਿਰ ਅਗਲੇ ਦੂਜੇ ਕੰਮਾਂ ਤੇ ਉਹਦੀਆਂ ਚੋਰੀਆਂ ਤੋਂ ਇਹਦੇ ਘਰੋਂ ਪੈਸੇ ਲੁੱਟ ਲੁੱਟ ਕੱਢਦੇ ਆ, ਮੈਨੂੰ ਆਹ ਦਿਓ ਮੈਨੂੰ ਉਹ ਦਿਓ। 10 ਸਾਲ ਹੋ ਗਏ ਜੀ ਉਹਨੂੰ ਪਤਾ ਵੇਚਦਿਆਂ ਨੂੰ। ਇੱਥੇ ਤੋਂ ਉਹਨੇ ਬੰਦੇ ਮਾਰੇ 8-9। 8-9 ਤਕਰੀਬਨ ਮੌਤਾਂ ਵੀ ਹੋਈਆਂ ਸਾਡੇ ਪਿੰਡ ਚਾਂਚ ਚੱਕ। ਹਾਂਜੀ, ਅੱਛਾ ਜੀ। ਤੇ ਕੋਈ ਕੋਈ ਆਵਾਜ਼ ਨਹੀਂ ਦਿੰਦਾ ਨਾ ਕੋਈ ਕਾਰਵਾਈ ਕਰਦੀ ਪੁਲਿਸ ਨਾ? ਨੂੰ ਉਸਨੂੰ ਵੀ ਪਤਾ ਵੀ ਇਹ ਨਸ਼ਾ ਵੇਚਦਾ ਵੀ ਇਹ ਤੇ ਮੌਤਾਂ ਹੋਈਆਂ ਨੇ। ਜੇ ਲੈ ਕੇ ਗਿਆ ਤੇ ਫਿਰ ਜਾਂ ਦੱਸਦਾ ਜਾਂ ਚੁੱਕ ਕੇ ਲਿਆਉਂਦਾ ਉਹਨਾਂ ਨੂੰ ਆਪ ਚੰਗਾ ਭਲਾ ਤੇ ਉਹਨਾਂ ਦੇ ਪੈਸੇ ਪੂਰੇ ਵੀ ਲੈ ਲਏ ਉਹਨਾਂ ਜਿਹੜੇ ਦਿਹਾੜੀਆਂ ਦੇ ਕੋਈ 4 ਹੋਣੇ ਆ। ਠੀਕ ਹੈ ਜੀ। ਜਿੰਨੇ ਨੇ ਬੰਦੇ ਪਿੰਡ ਚ ਅਮਲੀ ਬਣ ਗਏ ਨੇ ਸਾਡੇ ਪਿੰਡ ਚ, ਜਿੰਨੇ ਤੁਸੀਂ ਇੰਜਣ ਵੇਖੋਗੇ ਸਾਰਿਆਂ ਦੇ ਹੈੱਡ ਲੱਥੇ ਨੇ, ਮੋਟਰਾਂ ਦੇ ਤਾਰਾਂ ਲਾ ਕੇ ਲੈ ਗਏ ਨੇ, ਮੇਰੀ ਪਰਸੋਂ ਮੋਟਰ ਦੀਆਂ ਦੋਵਾਂ ਦੀਆਂ ਤਾਰਾਂ ਲਾ ਕੇ ਲੈ ਗਏ ਨੇ ਸਾਰੇ ਅਮਲੀ। ਇਹਨਾਂ ਨੇ ਜਿਹੜੇ ਨਸ਼ਾ ਕਰਦੇ ਨੇ ਤੇ ਇਹਨਾਂ ਨੇ ਆਹ ਜਿਹੜਾ ਕੰਮ ਸਾਡੇ ਪਿੰਡ ਆ ਜਿਹੜਾ ਜੱਗੂ ਦੀ ਮੌਤ ਹੋਈ ਇਹਨਾਂ ਦੇ ਕਰਕੇ ਹੀ। ਪਹਿਲੋ ਇੱਕ ਦਿਨ 2-3 ਮਹੀਨੇ ਹੋਏ ਕਪੂਰਥਲੇ ਲੈ ਗਿਆ ਇਹਨੂੰ, ਪੈਸੇ ਦੇ ਕੋਲ ਸੀ ਉੱਥੇ ਮਗਰੋਂ ਉਹ ਡਿੱਗ ਪਿਆ ਤੇ ਉੱਥੇ ਸੁੱਟ ਕੇ ਆ ਗਿਆ। ਸਾਨੂੰ ਘਰ ਆਈ ਇਹਨੂੰ ਪੁੱਛਿਆ ਵੀ ਤੂੰ ਮੇਰੇ ਸਾਹਮਣੇ ਲੈ ਕੇ ਲੰਘਿਆ, ਇਹ ਕਹਿੰਦਾ ਮੈਂ ਤੈਨੂੰ ਖੜਿਆ ਨੀ। ਇਹ ਸਾਨੂੰ ਕਹਿੰਦਾ ਤੁਸੀਂ ਕਰਤਾਰਪੁਰ ਥਾਣੇ ਪਤਾ ਕਰੋ, ਕਪੂਰਥਲੇ ਥਾਣੇ ਪਤਾ ਕਰੋ, ਭਲੱਥ ਥਾਣੇ ਪਤਾ ਕਰੋ। ਉਹ ਫਿਰ ਦੂਜੇ ਦਿਨ ਉਹਨੂੰ ਉੱਥੇ ਕਿਤੇ ਚੁੱਕਿਆ, ਕਿਸੇ ਨੇ ਤਾਂ ਹਸਪਤਾਲ ਸਰਕਾਰੀ ਜਮਾਂ ਦਾਖਲ ਕਰਾਤਾ, ਉਹਨੂੰ ਨੰਬਰ ਯਾਦ ਸੀ, ਉਹਨੇ ਘਰ ਫੋਨ ਦੱਸਿਆ ਉਹਨਾਂ ਦਾ, ਉਹਨਾਂ ਨੰਬਰ ਫੋਨ ਕੀਤਾ ਤਾਂ ਅਸੀਂ ਉੱਥੋਂ ਜਾ ਕੇ ਉਹਨੂੰ ਚੁੱਕ ਕੇ ਲਿਆਂਦਾ ਗੱਡੀ 'ਚ ਪਾ ਕੇ ਇੱਥੇ 4-5 ਦਿਨ ਉਹਨੂੰ ਦਾਖਲ ਕਰਾ। ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਅਸੀਂ ਤਾਂ ਇਹੀ ਕਰਦੇ ਵੀ ਇਹੋ ਜਿਹੇ ਬੰਦਿਆਂ ਨੂੰ ਇੰਨੀ ਨਸ ਪਵੇ ਜਿਹੜੀ ਨਿਕਲਣਾ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਜਾਵੇ, 10-10 ਬੰਦੇ ਪਿੰਡਾਂ 'ਚ ਮਾਰਦੇ ਆ ਵੇਚਦੇ ਆ, ਇਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਸਖ਼ਤ ਤੋਂ ਸਖ਼ਤ।